ਚੋਰਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਜਿੱਥੇ ਗਿੱਦੜਬਾਹਾ ਵਿੱਚ ਕਾਰ ਸਵਾਰ ਚਾਰ ਅਣਪਛਾਤੇ ਵਿਅਕਤੀ ਇੱਕ ਨੌਜਵਾਨ ਦੀ ਕਾਰ ਖੋ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਪੀੜਿਤ ਅਨਮੋਲ ਸਿੰਘ ਨੇ ਆਖਿਆ ਕਿ ਉਹ ਰੋਜ਼ਮਰ੍ਹਾ ਦੀ ਤਰ੍ਹਾਂ ਘਰ ਤੋਂ ਜਿਮ ਲਈ ਨਿਕਲਿਆ ਸੀ ਅਤੇ ਕਾਰ ਪਾਰਕਿੰਗ ਵਿੱਚ ਕਾਰ ਨੂੰ ਪਾਰਕ ਕਰ ਰਿਹਾ ਸੀ। ਇੰਨੇ ਵਿੱਚ ਚਾਰ ਅਣਪਛਾਤੇ ਵਿਅਕਤੀ ਆਏ ਅਤੇ ਡਰਾ ਧਮਕਾ ਕੇ ਮੇਰੇ ਤੋਂ ਕਾਰ ਖੋ ਕੇ ਫਰਾਰ ਹੋ ਗਏ। ਉੱਤੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਚੋਰ ਦੀ ਭਾਲ ਵਿੱਚ ਜੁਟ ਗਈ ਹੈ। ਕਾਰ ਆਪਣੀ ਲਗਾਈ, ਮੈਂ ਚਾਬੀ ਬੰਦ ਕੀਤੀ ਕਾਰ ਦੀ। ਇੱਕ ਹੋਂਡਾ ਸਿਟੀ ਵਾਲਾ ਆਇਆ, ਦੇਖ ਰਿਹਾ ਸੀ ਆਉਂਦਿਆਂ ਨੂੰ ਵੀ ਉਹਨਾਂ ਨੇ ਯੂ ਟਰਨ ਮਾਰਿਆ ਪਿੱਛੇ ਖੜੇ ਦੇ ਵਿਚਾਲੇ ਕਾਰ ਵਾਲੀ, ਅਤੇ ਪਿੱਛੋਂ ਇੱਕ ਰੈੱਡ ਟੀ ਸ਼ਰਟ ਵਾਲਾ ਮੁੰਡਾ ਨਿਕਲਿਆ। ਉਹ ਮੇਰੀ ਕਾਰ ਦੀ ਬਾਰੀ ਖੋਲ ਕੇ ਕਹਿੰਦਾ ਮੈਨੂੰ ਚਾਬੀ ਖਾ ਲਈ ਅਤੇ ਬਾਹਰ ਨਿਕਲਣ ਤੈਨੂੰ ਮਾਰ ਦਾਂਗੇ। ਅੱਛਾ, ਠੀਕ ਹੈ। ਅਤੇ ਉਸ ਤੋਂ ਬਾਅਦ ਉਸਨੇ ਉਹ ਦੂਜਾ ਨਿਕਲਿਆ, ਖਾਲਸਾ ਨਿਕਲਿਆ ਇਹ ਕਾਰ ਚੋਂ, ਉਹਨੇ ਚਾਬੀ ਫੜ ਕੇ ਮੇਰੀ ਕਾਰ ਸਟਾਰਟ ਕਰ ਲਈ। ਅਤੇ ਉਸ ਤੋਂ ਬਾਅਦ ਉਹ ਮੇਰੇ ਤੋਂ ਮੇਰਾ ਫੋਨ ਮੰਗਣ ਲੱਗ ਗਿਆ, ਰੈੱਡ ਟੀ ਸ਼ਰਟ ਵਾਲਾ, ਮੇਰਾ ਫੋਨ ਵੀ ਦੇ ਦੇ, ਆਪਦਾ ਫੋਨ ਵੀ ਦੇ ਦੇ। ਮੇਰਾ ਫੋਨ ਖੋ ਕੇ ਅਤੇ ਉਹ ਵਿੱਚ ਬਹਿ ਗਿਆ, ਅਤੇ ਉਹ ਕਾਲੀ ਜਿਹਨੇ ਪਰਨਾ ਬੰਨਿਆ ਹੋਇਆ ਸੀ, ਖਾਲਸਾ ਸੀਗਾ ਪੂਰਾ ਉਹ, ਅਤੇ ਉਹਨੇ ਕਾਰ ਸਟਾਰਟ ਕਰਕੇ ਭੱਜ ਗਿਆ ਜੀ। ਉਹਨੂੰ ਮੈਂ ਰੌਲਾ ਪਾਇਆ, ਪਿੱਛੋਂ ਜਿਮ ਦਾ ਮਾਲਕ ਆ ਗਏ, ਨੰਬਰ ਵੀ ਬੋਲ ਦਿਓ, ਅਤੇ ਉਹ ਉਹਨਾਂ ਨੇ ਪਿੱਛੇ ਸਕੂਟੀ ਲਾ ਲਈ, ਉਹ ਕੋਟ ਭਾਈ ਵਾਲੀ ਸਾਈਡ ਚਲੇ ਗਏ।